आज हम बात करेंगे पंजाब की राजनीति की। पंजाब में सियासत की बिसात बिछ चुकी है। 6 महीने बाद विधानसभा चुनाव होने वाले हैं। भाजपा, कांग्रेस, आम आदमी पार्टी और श्रोमणी अकाली दल, इन चारों पार्टियों में इस बार मुकाबला होगा। और हमारे साथ हैं इस समय बात करने के लिए भाजपा के राज्यसभा सांसद श्वेत मलिक, जो इस समय दिल्ली में हैं और खास तौर पर हमारे साथ इस विशेष कार्यक्रम में जुड़े हैं। मलिक साहब नमस्कार। श्रोताओं को मेरा नमस्कार। मलिक साहब असी गल करिए ते बीजेपी दी क्या तैयारी है चुनावों नू लेके, ते पंजाब दी जो मौजूदा राजनीति है, कांग्रेस दी जो इस वेले नवजोत सिंह सिद्धू और मुख्यमंत्री कैप्टन अमरिंदर सिंह दे विच जो चल रहा है, इनू लेके क्या कहना थोड़ा? कांग्रेस जिहड़ी है वो एक डिवाइडेड हाउस है। उसका कारण है कि कैप्टन अमरिंदर सिंह जो कांग्रेस के मुख्यमंत्री है, उन्होंने सरकारी है, प्रोफेशनल व्यक्ति है, वो इन्होंने हायर किया। जो याद होगा 2017 जो चुनाव होने से जी, तो उस वेले की सारी मैनेजमेंट इन्होंने पोलिटिकल लेजी करवाई, प्रोफेशनल करवाई थी जी। और उन्हें इन्होंने सलाह दी थी कि तुहाडी सरकार नहीं बन सकती, क्योंकि साडी जिहड़ी बीजेपी की सरकार ने काम बहुत किया सीगा जी। तुसीं षडयंत्र करो, ऐसे वैसे करो जिसके प्रैक्टिकली पॉसिबल ही ना हो पा, जिहड़े अनअचीवेबल हो, पर तुसीं वादे कर दो जनता के नाल, साडी जनता जिहड़ी है गुमराह हो जाए जी। तो इन्होंने जिहड़े कैप्टन अमरिंदर ने वादे किए थे, जो सानू ही पता सी कि अचीवेबल ही नहीं है जी। हर घर के विच सरकारी नौकरी दिती नहीं जा सकती, कैप्टन ने वादा कर लिया जी। अच्छा 90,000 करोड़ रुपया कितों लै के आ रहा सी कैप्टन ने, इनकम कितों लियानी सी पंजाब की कैप्टन, किसानों का जिहड़ा कर्जा माफ करना सी कैप्टन ने वादा कर लिया जी। इसे तरह जिहड़े स्कूल कॉलेज और बाकी इंफ्रास्ट्रक्चर खोलन बारे वादे कर ले जी, सैकड़े विधान सभी खोलांगे, इंडस्ट्रियल कॉरिडोर बनावांगे, जबकि कैप्टन जिहड़ा सीगा उहदे कोल किसे तरह का बजट ना देना सी ना जी। ऐ बजट असीं ऐ रिसोर्सिस ने, इहनां तों बजट लियावांगे और फिर वादे पूरे करांगे। वादे ते कर रहे हजारां करोड़ां दे, बजट है नहीं। तो शेख जी तुहानूं की लगदा कि इस वारी जी 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 ਉਹਦਾ ਅਸਰ ਕੀ ਹੋਇਆ ਹੈ ਕਿ ਜਿਸ ਵੇਲੇ 4.5 ਸਾਲ ਬੀਤ ਗਏ, ਵਾਅਦਾ ਪੂਰਾ ਹੋਇਆ ਕੋਈ ਨਹੀਂ, ਕਿਉਂਕਿ ਉਹ ਸਮੇਂ ਨਿਕਲ ਗਿਆ। ਸੰਤ ਪੰਚਾਂ ਦੇ ਸੀਗੀ ਸ਼ਾਮ ਕਿਸ਼ੋਰ ਚੰਦਰ ਸਰਕਾਰੀ ਔਰ ਕੈਪਟਨ ਅਮਰਿੰਦਰ ਦੀ ਸਰਕਾਰ ਬਣਾ ਦਿੱਤੀ। ਮੈਂ ਸੁਣ ਗਿਆ ਕਿ ਗੁਟਕਾ ਸਾਹਿਬ ਦੀ ਚੀਜ਼ਾਂ ਖਾ ਕੇ ਦਮਦਮਾ ਸਾਹਿਬ ਵੱਲ ਦੇਖ ਕੇ ਜੋ ਝੂਠੀ ਗੋਂ ਕੈਪਟਨ ਸਾਹਿਬ ਨੇ ਖਾ ਲਈ ਸਰਕਾਰ ਬਣਾ ਲਈ, ਪਰ ਜਦੋਂ ਕੰਮ ਕਰਨ ਦੀ ਵਾਰੀ ਆਈ ਤੇ ਉਹੀ ਗੱਲ ਹੋਈ ਕਿ ਮੈਂ ਪਹਿਲੇ ਤੁਹਾਨੂੰ ਦੱਸਿਆ ਕਿ ਤਜਰਬਾ ਸੀ, ਅਚੀਵ ਨਹੀਂ ਹੋਇਆ। ਤੇ 4.5 ਸਾਲ ਬਾਅਦ ਉਹਨਾਂ ਦੇ ਐਮਐਲਏ, ਇਹਨਾਂ ਦੇ ਨੇਤਾ ਜਨਤਾ ਹੀ ਜਾਣ ਤੋਂ ਘਬਰਾਉਣ ਲੱਗ ਪਏ। ਮਲਿਕ ਸਾਹਿਬ ਮੈਂ ਮਲਿਕ ਸਾਹਿਬ ਤੁਹਾਡੀ ਗੱਲ ਕੱਟ ਰਿਹਾ। ਮਲਿਕ ਸਾਹਿਬ ਮੇਰੀ ਗੱਲ ਪੂਰੀ ਹੋਣ ਦਿਓ। ਨਵਜੋਤ ਸਿੱਧੂ ਤੋਂ ਪੁੱਛਣਾ ਵਾ ਜੀ, ਸਰਦਾਰ ਜੀ ਤੁਸੀਂ ਪਹਿਲੇ ਦੇ 2-2.5 ਸਾਲ ਤੁਸੀਂ ਗਾਇਬ ਹੀ ਰਹੇ, ਤੁਹਾਡੇ ਚੁਣਾਵੀ ਵਾਅਦੇ ਪੂਰੇ ਨਹੀਂ ਕਰਦੇ। ਬਾਕੀ ਜਿਹੜੇ ਨੇ, ਚਾਹੇ ਉਹ ਪ੍ਰਗਟ ਸਿੰਘ ਲੈ ਲਓ, ਚਾਹੇ ਚੰਨੀ ਲੈ ਲਓ, ਪਹਿਲੇ ਤੇ ਰਾਜ ਭਾਗ ਭੋਗਦੇ ਨੇ, ਪੂਰਾ ਰੱਜ ਕੇ ਭ੍ਰਿਸ਼ਟਾਚਾਰ ਕੀਤਾ, ਰੇਤ ਮਾਫੀਆ ਤੇ ਸ਼ਰਾਬ ਮਾਫੀਆ, ਜ਼ਹਿਰੀਲੀ ਸ਼ਰਾਬ ਦੀਆਂ ਫੈਕਟਰੀਆਂ ਲਾਈਆਂ ਜੀ, ਔਰ ਪੂਰਾ ਮੌਜ ਮਸਤੀ ਕੀਤੀ। ਇਲੈਕਸ਼ਨ ਹੀ ਜਾਣਾਂਗੇ ਜਦੋਂ ਜਨਤਾ ਹੀ ਜਾ ਕੇ ਭਰਾਏ ਕੈਪਟਨ ਘੇਰਿਆ, ਔਰ ਘੇਰਿਆ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਕਰਕੇ ਹੈ ਨਾ ਕਿ ਆਪਣੇ ਆਪ ਨੂੰ ਬਚਾਉਣ ਦੇ ਲਈ, ਜਦਕਿ ਭਾਗੀਦਾਰ ਤੇ ਵਾਅਦੇ ਕਰਮੀ ਸਾਰੇ ਸੀਗੇ, ਇਹਨਾਂ ਨੂੰ ਨਹੀਂ ਸੀ ਪਤਾ ਕਿ ਵਾਅਦੇ ਪੂਰੇ ਨਹੀਂ ਹੋ ਸਕਦੇ। ਇਹ ਕਾਰਨ ਹੈਗਾ ਜਿਸ ਕਰਕੇ ਕਾਂਗਰਸ ਦੀ ਆਂਤਰਿਕ ਲੜਾਈ ਹੈ, ਕਿ ਲੋਕਾਂ ਨੂੰ ਫਿਰ ਗੁਮਰਾਹ ਕਰ ਰਹੇ ਨੇ, ਕਿ ਲੋਕਾਂ ਦਾ ਧਿਆਨ ਇਹਨਾਂ ਦੇ ਝੂਠੇ ਵਾਅਦਿਆਂ ਤੋਂ ਹਟ ਕੇ ਇਸ ਲੜਾਈ ਚ ਆ ਜਾਣਾ। ਸ਼ਵੇਜੀ ਤੁਹਾਨੂੰ ਕੀ ਲੱਗਦਾ ਕਿ ਇਸ ਵਾਰੀ ਫਿਰ ਜੋ ਹੈ ਇੱਕ ਵਾਰੀ ਫਿਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਬਿਲਕੁਲ, ਇਸ ਵੇਲੇ ਵਾਅਦਿਆਂ ਤੋਂ ਧਿਆਨ ਭਟਕਾ ਕੇ ਜਿਹੜੇ ਦੂਜਾ ਆਪਾਂ ਇਨ ਫਾਈਟਿੰਗ ਵਾਲਾ ਜਿਹੜਾ ਸ਼ੁਰੂ ਕੀਤਾ ਸੀ ਕਾਂਗਰਸ ਨੇ, ਫਿਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਤਾ, ਕੈਪਟਨ ਅਮਰਿੰਦਰ ਸਿੰਘ ਜਿਹਨੇ ਕਸਮ ਖਾਧੀ ਸੀ ਦਾਤਾ ਮਾਫੀ ਨੀ ਮੰਗੇਗਾ, ਮੈਂ ਘਰ ਚ ਨੀ ਆਉਣ ਦੇਣਾ, ਉਹਨਾਂ ਨੇ ਘਰ ਦੇ ਦਰਵਾਜ਼ੇ ਵੀ ਖੋਲ ਤੇ,
ਕਾਂਗਰਸੀਆਂ ਦਾ ਵੀ ਪੂਰਾ ਉਹਦੇ ਸ਼ਿਲੰਤਰ ਹੈਗਾ ਕਿ ਕਾਂਗਰਸੀ ਚਾਹੁੰਦੇ ਨੇ ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਇਹਨਾਂ ਦੇ ਫੇਲੀਅਰ ਤੋਂ, ਇਹਨਾਂ ਦੇ ਝੂਠ ਤੋਂ, ਇਹਨਾਂ ਦੇ ਸ਼ਿਲੰਤਰ ਤੋਂ ਜਿਹੜਾ ਇਹਨਾਂ ਨੇ 2017 ਵਿੱਚ ਕੀਤਾ ਸੀ ਚੁਣਾਵ ਜਿੱਤਣ ਲਈ, ਹਟ ਜਾਏ ਇੱਕ ਵਾਰ ਫੇਰ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰ। ਨਹੀਂ ਇਹ ਤਾਂ ਤੁਹਾਡਾ ਬੀਜੇਪੀ ਵਾਲਿਆਂ ਦਾ ਕਹਿਣਾ ਨਾ ਜੀ, ਵੀ ਕਿਸਾਨ ਸ਼ੜਯੰਤਰ ਦੇ ਤਹਿਤ ਇੱਕ ਬੈਠੇ ਹੋਏ ਹੈ, ਪਰ ਸੱਚ ਤੇ ਹੈ ਵੀ ਕਿਸਾਨ ਪੂਰੇ ਇਸ ਵਾਰੀ ਬੈਠੇ ਹੈ ਕਿ ਬੀਜੇਪੀ, ਕਿਉਂਕਿ ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਨਹੀਂ ਸੁਣ ਰਹੇ। ਮੈਂ ਪ੍ਰਧਾਨ ਦੇ ਲਗਾ ਸਰਦਾਰ ਗੁਰਜੀਤ ਸਿੰਘ ਕੋਟਲੀ ਇਹਨਾਂ ਦਾ MLA ਹੈ, ਕਾਂਗਰਸ ਦਾ MLA ਹੈ, ਸਰਦਾਰ ਬਿਰਤ ਸਿੰਘ ਦਾ ਪੋਤਾ ਹੈ। ਗੁਰਜੀਤ ਸਿੰਘ ਕੋਟਲੀ ਨੇ ਔਨ ਰਿਕਾਰਡ ਸਟੇਟਮੈਂਟ ਦਿੱਤੀ ਕਿ ਜਿਹੜੇ ਕਿਸਾਨ ਜਿਹੜੀਆਂ ਟਰਾਲੀਆਂ ਨੇ, ਜਿੰਨਾ ਇਹਨਾਂ ਦਾ ਇੰਫਰਾਸਟਰਕਚਰ ਹੈ, ਅੰਦੋਲਨ ਦਾ ਖਰਚਾ ਹੈ, ਜੋ ਟੈਕਸ ਲੱਗੇ ਨੇ ਸਾਰੇ ਕਾਂਗਰਸੀਆਂ ਨੇ ਪੂਰਵ ਕੈਬਨਿਟ ਮੰਤਰੀ ਰਹੇ ਨੇ ਅਨਿਲ ਜੋਸ਼ੀ, ਉਹਨਾਂ ਨੇ ਵੀ ਤੇ ਗੱਲ ਕੀਤੀ ਵੀ ਕਿਸਾਨਾਂ ਦੀ ਜਿਹੜੀ ਗੱਲ ਸੁਣਨੀ ਚਾਹੀਦੀ ਹੈ, ਇਹ ਜਿਹੜੇ ਕ੍ਰਿਸ਼ੀ ਕਾਨੂੰਨ ਜੇ ਉਹ ਚਾਹੁੰਦੇ ਆ ਵੀ ਨਹੀਂ ਲਾਗੂ ਹੋਣ ਤੇ ਲਾਗੂ ਨਹੀਂ ਹੋਣੇ ਚਾਹੀਦੇ, ਤੇ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਤੇ ਉਹਨਾਂ ਨੂੰ ਸਿਰਾ ਇਹ ਮਿਲਿਆ ਕਿ ਉਹਨਾਂ ਨੂੰ ਪਾਰਟੀ ਚੋਂ ਨਿਸ਼ਕਾਸਿਤ ਕਰਤਾ ਗਿਆ। ਵਿਅਕਤੀਗਤ ਵਿਚਾਰ ਸੀ ਔਰ ਉਸ ਸਮੇਂ ਹੈ ਜਿਸਲੇ ਚੁਣਾਵ ਆ ਗਏ ਸੀਗੇ, ਉਹਨਾਂ ਨੇ ਉਸ ਵੇਲੇ ਵਿਚਾਰ ਦਿੱਤਾ। ਉਹ ਪਹਿਲੇ ਜੇ ਵਿਚਾਰ ਉਹਨਾਂ ਨੇ ਅੱਤਵਾਦੀ ਵੀ ਕਿਹਾ ਸੀਗਾ, ਇਹਨਾਂ ਨੂੰ ਵੱਖਵਾਦੀ ਵੀ ਕਿਹਾ ਸੀ ਕਿ ਕਿਸਾਨ ਅੰਦੋਲਨ ਜਿਹੜਾ ਅੱਤਵਾਦੀਆਂ ਦਾ ਹੈ, ਵੱਖਵਾਦੀਆਂ ਦਾ ਹੈ, ਤੇ ਉਹ ਤੇ ਵਿਚਾਰ ਉਹਨਾਂ ਦੇ ਉਸ ਵੇਲੇ ਆਏ ਜਿਸਲੇ ਚੁਣਾਵ ਨਜ਼ਦੀਕ ਆ ਗਿਆ, ਤੇ ਉਸ ਵੇਲੇ ਉਹਨਾਂ ਨੇ ਆਪਣਾ ਮਤ ਜਿਹੜਾ ਬਦਲਿਆ। ਪਰ ਸਾਡੀ ਪਾਰਟੀ ਫਿਰ ਵੀ ਡੈਮੋਕਰੇਸੀ ਹੈਗੀ ਹੈ, ਹਰੇਕ ਨੂੰ ਆਪਣਾ ਮਤ ਰੱਖਣ ਦਾ ਅਧਿਕਾਰ ਹੈ। ਕਿਉਂਕਿ ਭਾਜਪਾ ਵੈਸੇ ਵੀ ਕਿਸਾਨ ਹਿਤੈਸ਼ੀ ਹੈ, ਜਿਹੜੇ ਐਕਟ ਆਏ ਨੇ ਇਹ ਐਕਟ ਪੀਪਲ ਦੀ ਕਾਂਗਰਸ ਦੇ ਬਣਾਏ ਸੀਗੇ, ਔਰ ਸਰਦਾਰ ਮਨਮੋਹਨ ਸਿੰਘ ਨੇ ਇਹਦਾ ਸਮਰਥਨ ਕੀਤਾ, ਸ਼ਰਦ ਪਵਾਰ ਜਿਹੜੇ ਇਹਨਾਂ ਦੇ ਐਗਰੀਕਲਚਰ ਮਿਨਿਸਟਰ ਸੀਗੇ ਉਹਨਾਂ ਨੇ ਸਮਰਥਨ ਕੀਤਾ। ਪਰ ਇਹਦਾ ਵਿਰੋਧ ਤੇ ਬੀਜੇਪੀ ਨੂੰ ਸਹਿਣਾ ਪੈ ਰਿਹਾ ਨਾ ਜੀ? ਨਹੀਂ, ਮੇਰੀ ਗੱਲ ਕਪਿਲ ਸਿੱਬਲ ਇਹਨਾਂ ਦੇ ਮੰਤਰੀ ਸੀਗੇ, ਉਹਨਾਂ ਨੇ ਸਮਰਥਨ ਕੀਤਾ। ਰਾਹੁਲ ਗਾਂਧੀ ਇਹਨਾਂ ਦੇ ਪਿਆਰੇ ਹੈ, ਉਹਨਾਂ ਨੇ ਸਮਰਥਨ ਕੀਤਾ। ਉਸ ਤੋਂ ਬਾਅਦ ਕੇਜਰੀਵਾਲ, ਸਾਡੇ ਕੋਲ ਵੀਡੀਓ ਹੈ, ਤੁਹਾਡੇ ਕੋਲ ਵੀ ਵੀਡੀਓ ਹੈ, ਕੇਜਰੀਵਾਲ ਵੀਡੀਓ ਦੇ ਵਿੱਚ ਬੋਲ ਰਹੇ ਨੇ ਕਿ ਕਿਸਾਨ ਕਾਨੂੰਨ ਜੇ ਲਾਗੂ ਹੋ ਜਾਂਦੇ ਨੇ ਤੇ ਕਿਸਾਨਾਂ ਦਾ ਜੀਵਨ ਜਿਹੜਾ ਖੁਸ਼ਹਾਲ ਹੋ ਜਾਏਗਾ। ਕਿਸਾਨ ਜਿਹੜੇ ਨੇ, ਜਿਹੜੇ ਕਿ ਅੱਜ ਮੁਸ਼ਕਿਲ ਚ ਨੇ, ਉਹ ਕਿਸਾਨ ਤਦ ਹੀ ਖੁਸ਼ਹਾਲ ਹੋ ਸਕਦਾ ਜਦ ਕਾਨੂੰਨ ਆ। ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਪੀਐਸ ਹਰਸਿਮਰਤ ਕੌਰ ਬਾਦਲ ਦੇ ਵੀ ਵੀਡੀਓ ਨੇ ਤੁਹਾਡੇ ਕੋਲ? ਨਹੀਂ, ਉਹਨਾਂ ਨੇ ਅੱਜ ਵੀ, ਉਹਨਾਂ ਨੇ ਤੇ ਅੱਜ ਵੀ ਕਿਹਾ ਜੀ, ਹਰਸਿਮਰਤ ਕੌਰ ਬਾਦਲ ਨੇ ਵੀ, ਮੇਰੀ ਸੁਣ ਲਓ, ਮੇਰੀ ਸੁਣ ਲਓ, ਕਾਨੂੰਨ ਬਣਨ ਤੋਂ ਬਾਅਦ ਵੀ ਉਹਨਾਂ ਨੇ ਸਟੇਟਮੈਂਟ ਦਿੱਤੀਆਂ। ਦੇਖੋ, ਬੀਪੀਐਸ ਹਰਸਿਮਰਤ ਕੌਰ ਬਾਦਲ ਉੱਥੇ ਬੈਠੇ ਸੀ ਜਿੱਥੇ ਕਾਨੂੰਨ ਪਾਸ ਹੋਏ, ਉਸ ਤੋਂ ਬਾਅਦ ਉਹਨਾਂ ਨੇ ਕਾਨੂੰਨ ਜਿਸ ਵੇਲੇ ਪਾਸ ਹੋ ਗਏ ਉਸ ਤੋਂ ਬਾਅਦ ਵੀ ਇਹ ਮਤ ਦਿੱਤਾ। ਠੀਕ ਹੈ, ਪਰ ਉਹਨਾਂ ਨੇ ਅੱਜ ਕਿਹਾ ਵੀ ਬੀਜੇਪੀ ਜੀ, ਫਰਕ ਕੀ ਸੀਗਾ? ਫਰਕ ਮੇਰੇ ਕੋਲ ਸਮਝੋ ਨਾ, ਕਿ ਕਿਉਂਕਿ ਕਾਨੂੰਨ ਜਿਹੜੇ ਕਿਸਾਨ ਨੂੰ ਖੁਸ਼ਹਾਲ ਕਰਨ ਵਾਲੇ ਸੀਗੇ, ਇਹ ਬਣਾਏ ਬੀਜੇਪੀ ਨੇ, ਕਾਂਗਰਸ ਬਣਾ ਨਹੀਂ ਸਕੀ, ਤੇ ਉਹ ਰਾਜਨੀਤਿਕ ਲਾਭ ਕਿਸੇ ਬੀਜੇਪੀ ਨੂੰ ਉਹਨਾਂ ਹੋ ਰਿਹਾ। ਕਿਸਾਨ ਜਿਹੜੇ ਨੇ ਉਹ ਹੈ ਬੀਜੇਪੀ ਦੇ ਨਾਲ ਹੀ ਨੇ, ਕਿਉਂਕਿ ਸਵਾਮੀਨਾਥਨ ਕਮਿਸ਼ਨ, ਮੈਂ ਤੁਹਾਨੂੰ ਉਦਾਹਰਣ ਦੇ ਰਿਹਾ ਵਾਂ, ਕਾਂਗਰਸੀਆਂ ਨੇ ਕਿਉਂ ਨੀ ਲਾਗੂ ਕੀਤਾ? ਸਵਾਮੀਨਾਥਨ ਕਮਿਸ਼ਨ ਜਿਹੜਾ ਸੀਗਾ ਉਹ ਲਾਗੂ ਕੀਤਾ ਬੀਜੇਪੀ ਨੇ, ਤੇ ਉਸ ਲਿਹਾਜ਼ ਦੇ ਨਾਲ ਇਹ ਲੋਕਾਂ ਨੇ ਰਾਜਨੀਤਿਕ ਲਾਭ ਲੈਣ ਦੇ ਲਈ ਇੰਡੀਆ ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ, ਤਾਨਾ ਸ਼ਾਹ ਜੈਸਾ ਰਵੱਈਆ ਇਹ ਲੋਕ ਅਪਣਾਏ ਹੋਏ ਹੈ, ਇਹ ਗੱਲ ਉਹਨਾਂ ਨੇ ਕੀਤੀ ਹੈ ਸੰਸਦ ਦੇ ਬਾਹਰ ਖਲੋ ਕੇ। ਐਸਾ ਹੈ ਕਿ ਰਾਜਨੀਤੀ ਹੋ ਗਿਆ ਸੈਕਟਰ ਤੇ ਪਾਰਟੀ ਨੇ ਆਪਣਾ ਰੁੱਖ ਬਦਲਿਆ, ਔਰ ਬੀਜੇਪੀ ਜਿਵੇਂ ਕਿ ਹਮੇਸ਼ਾ ਅਕਾਲੀ ਦਲ ਸਾਥ ਦਿੱਤਾ ਸੀਗਾ ਹਰ ਔਖੇ ਵਕਤ, ਉਸ ਵੇਲੇ ਇਹਨਾਂ ਨੇ ਆਪਣਾ ਰੁੱਖ ਬਦਲ ਲਿਆ।
ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਕਹਿੰਦਾ ਕਿ ਤੁਹਾਡਾ ਵੀਡੀਓ ਐਸਾ ਹੈ ਨਹੀਂ ਕਿ ਜਿਹਦੇ ਤੁਸੀਂ ਬੋਲੇ ਹੋ ਕਿਸਾਨ ਨਾ ਬਣਨ ਤੋਂ ਬਾਅਦ। ਅੱਛਾ ਮਲਿਕ ਸਾਹਿਬ, ਕਿਸਾਨ ਲਾਓ ਬਣਨ ਤੋਂ ਬਾਅਦ ਬੋਲੇ ਕਿ ਬੜੇ ਅੱਛੇ ਲਾਜ ਨੇ, ਕਿਸਾਨਾਂ ਦੀ ਜਿਹੜੀ ਕਿਸਮਤ ਬਦਲ ਦੇਣਗੇ। ਜਦੋਂ ਤੁਸੀਂ ਵਿਰੋਧ ਦੇਖਿਆ मलिक साहब, देखो ना हम प्रधानमंत्री मोदी से आरोप लग रहे हैं पैगागस नू लैके। कांग्रेसियों का कहना भी चाहिए तो प्रधानमंत्री सी ये जसूस आ गया, अपने प्रश्नों तो उत्तर देने तो भजदे है बीजेपी, या उन्होंने टालदे है या मुकर जाते हैं। ऐसा है कि बीजेपी कभी भी किसी मुद्दे तो भी दूर नहीं गई। आज भी देखो संसद की जब बहस चल रही है, आज संसद चल रही है, मैं भी सांसद हाँ, मैं भी दिल्ली च बैठा वहां, कीमती पैसा जो जनता का है वो खर्च होता है संसद को चलाने लिए। तो कभी तुसी आदि जी अभी हर विषय के ऊपर चर्चा चाहते हैं, खुली चर्चा करो, अभी हर एक जवाब है साढ़े को, जो भी थोड़ा प्रश्न है। अज ये संसद में चलन नहीं दे रहे पिछले दसा दिन तो, वो कौन नहीं चलन देगा जो चर्चा तो फायदा होगा। नहीं नहीं, और जो विपक्षी पार्टी है जिसे मुख्य तौर पर कांग्रेस पार्टी है वो चर्चा तो दौड़ते हैं क्योंकि इन्हें कोई तक नहीं है। नहीं मलिक साहब, पता है कि जो सत्ता से गल होगी, मलिक साहब लॉजिक से गल होगी, तो अभी बहस के मलिक साहब, मलिक साहब तुसीं इतिहास नज़र दिलाओ, जदों यूपीए की सरकार सी सेंटर च उदों बीजेपी ने कई बार संसद नहीं चलन दिता, कई बार उन्होंने अड़चन पाए है। पर चलो मैं इस बहस च नहीं पैना। चौकीदार दा देखो, मैं तुहानूं दस्सां कि बीजेपी ने चौकीदार दा फर्ज अदा कीता सीगा, पर अच्छी आपां मेरी सुन लो, अभी प्रश्न करके ना जी उत्तर दा समय जरूर दिओ। जी ऐसा सीगा कि ओपोजिशन एक अच्छी हो रहा, अभी उसका स्वागत करते हैं। हालांकि कांग्रेस को लोगों ने नकार दिता, कांग्रेस बिल्कुल मिनिमाइज हो गई, अपना लीडर ऑफ ओपोजिशन नहीं बना सकी, 40 सांसद आए इन्होंने, लोगों ने कंप्लीट रिजेक्ट कर दिता कांग्रेस को। पर बीजेपी चाहती थी कि अच्छी ओपोजिशन आए, ऐसी होती है इसके लिए, और ओपोजिशन आए, और अभी जब ओपोजिशन करते थे कोई भी घोटाला जो आता सपोज करते कारण सीगा कि जनता पूरी तरह मलिक साहब बीजेपी को एजेंडा है भी अल्लाह, क्योंकि बीजेपी नूं ते पिंडां च नहीं वड़न देंदे फार्मर। ਜਿਹੜਾ ਨਾਰਾ ਦਿੱਤਾ ਸਾਡੇ ਪ੍ਰਧਾਨ ਮੰਤਰੀ ਓਜਸਵੀ ਪ੍ਰਧਾਨ ਮੰਤਰੀ ਤਪਸਵੀ ਪ੍ਰਧਾਨ ਮੰਤਰੀ ਔਰ ਐਸੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ 7 ਸਾਲ ਦੇ ਸ਼ਾਸਨ ਵਿੱਚ ਇੱਕ ਵੀ ਭ੍ਰਿਸ਼ਟਾਚਾਰ ਦਾ ਆਰੋਪ ਨਹੀਂ ਲੱਗਾ। ਅਡਾਨੀ ਤੇ ਅੰਬਾਨੀ ਫਲਰਿਸ਼ ਕਰ ਗਏ। ਸੱਤਾ ਵਿਸ਼ਵਾਸ ਸੱਤਾ ਵਿਕਾਸ ਜੀ, ਇਹ ਉਹਨਾਂ ਦਾ ਨਾਰਾ ਹੈਗਾ। ਇਹ ਜੋ ਫਿਰ ਰਿਪੀਟ ਕਰਾਣਾ, ਸੱਤਾ ਸਾਥ ਸੱਤਾ ਵਿਕਾਸ ਸੱਤਾ ਵਿਸ਼ਵਾਸ। सेवा कर रही ने अज दौर की एरिया ले लो, मतलब कितने भी ले लो, सारा भारत चाहे बीजेपी सपना देख रही है पंजाब च सरकार बनाने दा। नहीं नहीं, बीजेपी सपना देख रही है पंजाब च सरकार बनाने दा। मैं वही दस रहा कि पंजाब सरकार 100% बीजेपी बनाएगी, क्योंकि हरियाणे च भी इस तरह ही होया सीगा कि लोक दल दे नाल जदों जीत गए कभी बड़ी थोड़ियां सीटां लड़दे सीगे, अभी सिर्फ इक तरह पंजाब च 20% ਜਿਹੜੀ ਸੀਟਾਂ ਸੀ ਅਸੀਂ ਲੜਦੇ ਸੀ,
ਜਦੋਂ ਸਾਡਾ ਉਹ ਗਠਬੰਧਨ ਟੁੱਟਿਆ ਤਾਂ ਹਰਿਆਣੇ ਇੱਕ ਵਾਰੀ ਨਹੀਂ ਦੂਜੀ ਵਾਰੀ ਬੀਜੇਪੀ ਦੀ ਸਰਕਾਰ ਬਣੀ ਹੈ ਖੱਟਰ ਸਾਹਿਬ ਦੀ। ਪੰਜਾਬ ਵਿੱਚ ਵੀ ਬੀਜੇਪੀ ਦੀ ਸਰਕਾਰ 100% ਬਣੇਗੀ। ਪਹਿਲੀ ਸਰਕਾਰ ਹੈ ਜਿਹਨੇ ਕਿ ਜੋ ਸਾਡੀ ਇੱਛਾ ਸੀ ਰਾਮ ਮੰਦਰ ਦੀ, ਰਾਮ ਮੰਦਰ ਬਣਨਾ ਚਾਹੀਦਾ ਹੈ, ਅੱਜ ਰਾਮ ਮੰਦਰ ਭਵਿਆ ਔਰ ਤਿਆਰ ਹੋ ਰਿਹਾ ਠੀਕ ਹੈ, ਬਟ ਆਰੋਪ ਲੱਗ ਰਹੇ ਹੈ ਜਿਹਨੇ, ਸੁਣ ਲਓ ਇਹ ਪਹਿਲੀ ਸਰਕਾਰ ਹੈ ਜਿਹਨੇ ਕਸ਼ਮੀਰ ਨੂੰ ਕਾਂਗਰਸ ਨੇ ਜੋ ਪੰਡਿਤ ਨਹਿਰੂ ਨੇ ਗਲਤੀ ਕੀਤੀ 370 ਲਾ ਕੇ ਕਸ਼ਮੀਰ ਦੇ ਵਿੱਚ ਆਤੰਕਵਾਦ ਆਇਆ, ਸੈਪਰੇਟਿਸਟ ਹੋਏ, ਸੁਤੰਤਰਤਾਵਾਦ ਆਇਆ, ਇਹ ਮੋਦੀ ਜੀ ਔਰ ਸਾਡੀ ਸਰਕਾਰ ਹੈ ਜਿਹਨੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣਾਇਆ, ਕਸ਼ਮੀਰ ਭਾਰਤ ਤੋਂ ਅਲੱਗ ਨਹੀਂ ਹੈਗਾ। ਆਰੋਪ ਪਰ ਮਲਿਕ ਸਾਹਿਬ ਠੀਕ ਹੈ, ਆਰੋਪ ਸੁਣ ਲਓ ਅੱਜ ਘਰ ਘਰ ਸੜਕ ਪਹੁੰਚੀ ਹੈ, ਅੱਜ ਘਰ ਘਰ ਬਿਜਲੀ ਪਹੁੰਚੀ ਹੈ, ਅੱਜ ਘਰ ਘਰ ਉਦਯੋਗ ਪਹੁੰਚ ਰਿਹਾ ਹੈ। ਆਰੋਪ ਇਹ ਲੱਗ ਰਿਹਾ ਹੈ ਦੇਸ਼ ਗਰੀਬ ਹੋ ਗਿਆ ਤੇ ਅਡਾਨੀ ਅੰਬਾਨੀ ਅਮੀਰ ਹੋ ਗਏ, ਆਸ਼ੀਰਵਾਦ ਬੀਜੇਪੀ ਦਾ ਪ੍ਰਧਾਨ ਮੰਤਰੀ ਦਾ। ਅਡਾਨੀ ਅੰਬਾਨੀ ਕੀ ਗਰੀਬ ਸੀਗੇ ਕਾਂਗਰਸ ਦੇ ਰਾਜ, ਜਦੋਂ ਕਾਂਗਰਸ ਦਾ ਰਾਜ ਗਏ ਉਸ ਵੇਲੇ ਕੀ ਅਡਾਨੀ ਅੰਬਾਨੀ ਅਮੀਰ ਸੀ, ਨਵੇਂ ਅਮੀਰ ਹੋਏ ਨੇ, ਬਿਲਕੁਲ ਨਵੇਂ। ਇਹਨਾਂ ਦੀ 700% ਦੀ ਗਰੋਥ, 700% ਦੀ ਗਰੋਥ ਨਹੀਂ ਹੋਈ ਇਹਨਾਂ ਦੀ। ਦੇਖੀਏ ਅੰਬਾਨੀ ਔਰ ਅਡਾਨੀ ਔਰ ਕਾਰਪੋਰੇਟ ਉਦੋਂ ਅਮੀਰ ਹੋਏ ਸੀਗੇ ਜਿਸ ਵੇਲੇ ਕਾਂਗਰਸ ਦਾ ਰਾਜ ਸੀ, ਔਰ ਜਿੰਨੇ ਲੋਕ ਪੈਸਾ ਲੈ ਕੇ ਬਾਹਰ ਵੀ ਦੌੜੇ ਨੇ ਉਹਨਾਂ ਨੂੰ ਲੋਨ ਕਿੰਨੇ ਦਿੱਤਾ ਸੀ? ਨਹੀਂ ਫਿਰ ਜਾਸੂਸੀ ਕਿਉਂ ਕਰਵਾ ਰਹੀ ਹੈ ਮੋਦੀ ਸਰਕਾਰ? ਅਸੀਂ ਤੇ ਹਜ਼ਾਰਾਂ ਕਰੋੜ ਰੁਪਏ ਦੇਸ਼ ਦੇ ਜਿਹੜੇ ਕਾਂਗਰਸ ਰਾਜ ਦੇ ਵਿੱਚ ਭਗੌੜੀਆਂ ਨੂੰ ਜਿਹੜੇ ਵਿਜੇ ਮਾਲਿਆ ਟਾਈਪ ਲੋਕ ਨੇ, ਚੌਕਸੀ ਟਾਈਪ ਲੋਕ ਨੇ, ਇਹਨਾਂ ਨੂੰ ਜਿਹੜੇ ਲੋਨ ਦਿੱਤੇ ਗਏ ਸੀ ਰਿਸ਼ਵਤ ਖਾ ਕੇ ਭ੍ਰਿਸ਼ਟਾਚਾਰ ਕਰਕੇ, ਅਸੀਂ 1000 ਕਰੋੜ ਰੁਪਏ ਦੇਸ਼ ਦੇ ਵਾਪਸ ਲੈ ਗਏ। ਮਲਿਕ ਸਾਹਿਬ ਜ਼ਰੂਰਤ ਕੀ ਪੈ ਗਈ ਕਿ ਮੋਦੀ ਆਪਣੀ ਜਿਹੜੀ ਹੈ ਜਾਸੂਸੀ ਕਰਵਾਉਣੀ ਪੈ ਗਈ? ਐਸਾ ਜੀ ਕੋਈ ਐਸੀ ਗੱਲ ਨਹੀਂ ਹੋਈ, ਇਹ ਸਭ ਕਾਂਗਰਸ, ਦੇਖੋ ਕਾਂਗਰਸ ਮੁੱਦਾ ਵਿਹੀਨ ਹੋ ਗਈ ਹੈ ਜੀ। ਜਦੋਂ ਅਸੀਂ ਵਿਪਕਸ਼ ਸੀਗੇ ਅਸੀਂ ਕਾਂਗਰਸ ਦੇ ਸਕੈਂਡਲ ਕੱਢੇ, ਅਸੀਂ ਕਾਂਗਰਸ ਦੇ ਸਕੈਮ ਕੱਢੇ, ਅੱਧਾ ਕਾਂਗਰਸੀ ਮਨਮੋਹਨ ਸਿੰਘ ਹੋਰਾਂ ਦਾ ਮੰਤਰੀ ਮੰਡਲ ਤੇ ਜੇਲ੍ਹ ਯਾਤਰਾ ਕਰ ਆਇਆ, ਖੁਦ ਆਪਣੇ ਮੰਤਰੀਆਂ ਨੂੰ ਜੇਲ੍ਹ ਯਾਤਰਾ ਕਰਾਈ ਮਨਮੋਹਨ ਸਿੰਘ ਹੋਰਾਂ ਦੇ ਟਾਈਮ, ਸਾਡੇ ਟਾਈਮ ਇੱਕ ਵੀ ਐਸਾ ਇੰਸਟੈਂਸ ਨਹੀਂ ਆਇਆ। ਅੱਜ ਕਾਂਗਰਸ ਕੋਲ ਕੋਈ ਮੁੱਦਾ ਨਹੀਂ ਹੈ, ਇਸ ਕਰਕੇ ਇਸ ਤਰ੍ਹਾਂ ਦੇ ਕਦੀ ਰਾਫੇਲ ਫਰਾਂਸ ਵੱਲੋਂ, ਦੇਖੋ ਮਲਿਕ ਸਾਹਿਬ ਫਰਾਂਸ ਵੱਲੋਂ ਉਹ ਤੇ ਸਾਬਤ ਹੋ ਗਿਆ, ਉਹਨੇ ਕਹਿਤਾ ਫਰਾਂਸ ਦੀ ਸਰਕਾਰ ਨੇ, ਇੱਕ ਉੱਥੇ ਕਮੇਟੀ ਗਠਿਤ ਹੋ ਗਈ ਹੈ ਜਿਹਦੀ ਜਾਂਚ ਕਰ ਰਹੇ ਹੈ ਵੀ ਰਫੇਲ ਦੇ ਵਿੱਚ ਪੈਸਾ ਦਿੱਤਾ ਗਿਆ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਕੁਛ ਹੋਰ ਕਹਿਣਾ ਚਾਹੋ? ਬਸ ਧੰਨਵਾਦ ਜੀ, ਮੈਂ ਦੀਪਕ ਜੀ ਇਹੀ ਕਹਾਂਗਾ ਪੰਜਾਬ ਦੀ ਜਨਤਾ ਨੂੰ ਔਰ ਆਮ ਆਦਮੀ ਪਾਰਟੀ, ਮੈਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਾਂਗਾ, ਤੁਸੀਂ ਪ੍ਰਸ਼ਨ ਨਹੀਂ ਕੀਤਾ, ਮੈਂ ਪੰਜਾਬ ਦੀ ਜਨਤਾ ਨੂੰ ਸੁਚੇਤ ਕਰਾਉਣਾ, ਉਹੀ ਆਮ ਆਦਮੀ ਪਾਰਟੀ ਹੈ ਜਿਹਨੇ ਦਿੱਲੀ 'ਚ ਕਿਹਾ ਸੀ ਕਿ ਅਸੀਂ 18 ਲੱਖ CCTV ਕੈਮਰੇ ਲਾਵਾਂਗੇ, ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹਨੇ ਝੂਠ ਦਿੱਲੀ 'ਚ ਗੁੰਮਰਾਹ ਕੀਤਾ ਸੀਗਾ ਕਿ ਅਸੀਂ 400 ਜਿਹੜੇ ਨੇ ਸਕੂਲ ਖੋਲਾਂਗੇ, ਇਹ ਉਹੀ ਆਮ ਆਦਮੀ ਪਾਰਟੀ ਹੈ ਜਿਹਨੇ ਕਿਹਾ ਸੀ ਕਿ ਅਸੀਂ 500 ਕਾਲਜ ਖੋਲਾਂਗੇ, ਅਸੀਂ 6 ਯੂਨੀਵਰਸਿਟੀ ਬਣਾਵਾਂਗੇ, ਇਹ ਉਹੀ ਆਮ ਆਦਮੀ ਪਾਰਟੀ ਕਹਿੰਦਾ ਹੀ ਨਹੀਂ, ਮੈਂ ਇਹਨੂੰ ਖਾਸ ਆਦਮੀ ਪਾਰਟੀ ਕਹਿੰਦਾ, ਇਹ ਅੰਦੋਲਨ ਚੋਂ ਨਿਕਲੇ ਹੋਏ ਆ, ਅੰਨਾ ਹਜ਼ਾਰੇ ਨੂੰ ਵੀ ਇਹਨਾਂ ਲੋਕਾਂ ਦੇ ਅਸ਼ਰੂ ਆ ਗਏ, ਅੰਨਾ ਹਜ਼ਾਰੇ ਜੀ ਅੱਖਾਂ ਇੱਥੇ ਨੂੰ ਦੇਖਿਆ
ਇਹ ਲੋਕ ਕਹਿੰਦੇ ਜੀ ਅਸੀਂ ਤਨਖਾਹ ਨਹੀਂ ਲਾਂਗੇ, ਅਸੀਂ ਬੰਗਲੇ ਨਹੀਂ ਲਾਂਗੇ, ਅਸੀਂ ਗੱਡੀਆਂ ਨਹੀਂ ਲਾਂਗੇ। ਅੱਜ ਵੱਡਿਆਂ ਵੱਡੇ ਬੰਗਲੇ, ਵੱਡੀਆਂ ਵੱਡੀਆਂ ਗੱਡੀਆਂ, ਔਰ ਇਹਨਾਂ ਦਾ ਅੱਧੇ ਤੋਂ ਜ਼ਿਆਦਾ ਮੰਤਰੀ ਮੰਡਲ ਜਿਹੜਾ ਉਹ ਭ੍ਰਿਸ਼ਟਾਚਾਰ ਦੇ ਵਿੱਚ ਜੇਲ੍ਹ ਯਾਤਰਾ ਕਰ ਰਿਹਾ। ਇਹਨਾਂ ਦੇ MLA ਔਰ ਇਹਨਾਂ ਦੇ ਜਿਹੜੇ ਮੰਤਰੀ ਨੇ, ਅੱਜ ਦੋ ਕਰਪਟ ਪਾਰਟੀ ਤੇ ਤੁਸੀਂ ਪ੍ਰੂਵਨ ਕਰਪਟ ਪਾਰਟੀ ਜਿਹੜੀਆਂ ਸੁੱਚਿਤ ਹੋਈਆਂ ਕਰਪਟ ਪਾਰਟੀ ਨੇ, ਕਾਂਗਰਸ ਔਰ चलो दोनों तो करप्ट मलिक साहब ये दोनों करप्ट कहता है। हाँ, हाँ, मैं अकाली दल की गल कर लग गया सी। चलो बहुत बहुत धन्यवाद जी। तुहाडे मुताबिक भी तीनों पार्टियां भ्रष्ट है, एक भाजपा पाक साफ पार्टी है ते पंजाब च सरकार बनाएगी। असीं प्रूव कीता है जी, साडे खिलाफ कोई एलिगेशन नूं उत्तर दिओ। बहुत बहुत धन्यवाद सा गल कर ली। समय दसेगा कि 2022 च चुनाव दे विच सरकार कौन बनाएगा, भाजपा, अकाली दल, कांग्रेस या आम आदमी पार्टी। बहुत बहुत धन्यवाद सा गल कर ली। नमस्कार। नमस्कार जी।